ਅਸਲ ਤੋਸ਼ੇਖਾਨੇ ਦੀ ਗੱਲਬਾਤ ਕਰਦੇ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਉਹ ਕੀ ਹੈ ਸਾਰਾ ਮਸਲਾ ਜੇ ਵਾਪਸ ਆ ਗਿਆ ਫਿਰ ਗਿਆ ਕਿੱਥੇ ਕਿਸੇ ਵੀ ਗਵਰਨਮੈਂਟ ਨੂੰ ਇਹ ਇਜਾਜ਼ਤ ਨਹੀਂ ਕਿਸੇ ਦੇ ਧਰਮ ਦੇ ਵਿੱਚ ਇੱਥੋਂ ਤੱਕ ਦਖਲ ਅੰਦਾਜ਼ੀ ਕਰੇ ਕੁਝ ਨੁਕਸਾਨ ਅਸੀਂ ਐਸਜੀਪੀਸੀ ਨੂੰ ਸਿੱਖ ਧਰਮ ਨੂੰ ਅਸੀਂ ਵੀ ਖੁਦ ਪਹੁੰਚਾਇਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਇੰਨਾ ਅਣਮੁੱਲਾ ਸਮਾਨ ਪਿਆ ਸੀ ਜੀ ਮੈਨੂੰ ਸਕ੍ਰਿਪਟ ਕਈ ਹੱਥ ਲਿਖਤਾਂ ਬੀੜ ਹੁਕਮਨਾਮੇ ਡਿਟੇਲ ਹੈਗੀ ਉਹਦੇ ਇੱਕ ਹਿੱਸੇ ਨੂੰ ਥੋੜ੍ਹੀ ਜਿਹੀ ਅੱਗ ਲੱਗੀ ਸੀ ਲੇਕਿਨ ਉਹ ਤੋਂ ਪਹਿਲਾਂ ਆਰਮੀ ਨੇ ਸਾਰਾ ਸਮਾਨ ਚੱਕ ਲਿਆ ਉਹ ਵਿਖਾਵੇ ਲਈ ਲਾਈ ਹਾਂ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਕਰਾਇਆ ਸੀ ਅਤੇ ਉਹ ਪਿੱਛੇ ਸਾਰਾ ਮੋਨੀਟਰ ਕਰ ਰਹੇ ਸੀ ਉਹ ਨਹੀਂ ਚਾਹੁੰਦੇ ਜੀ ਉਹ ਨਹੀਂ ਚਾਹੁੰਦੇ ਉਹ ਬੇਈਮਾਨ ਸਨ 11,107 ਰੇਅਰ ਬੁੱਕਸ ਗਾਇਬ ਹੋਈਆਂ ਅਤੇ 307 ਜਿਹੜੇ ਰੇਅਰ ਹੈਂਡ ਰਿਟਨ ਹੱਥ ਨਾਲ ਲਿਖੇ ਗ੍ਰੰਥ ਨੇ ਜੀ ਉਹ ਗਾਇਬ ਹੋਏ 16,000 ਆਰਟੀਫੈਕਟਸ ਬਹੁਤ ਇੰਪੋਰਟੈਂਟ ਜਿਹੜੇ 307 ਹੈਂਡ ਰਿਟਨ ਬੀਡਸ ਹੱਥ ਨਾਲ ਲਿਖੇ ਜਿਹੜੇ ਗੁਰਬਾਣੀ ਦਾ ਗ੍ਰੰਥ ਸਾਹਿਬ ਹੈ ਮਤਲਬ ਉਹਨਾਂ ਦੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਸਨ ਗੋਲਡ ਐਂਡ ਸਿਲਵਰ ਦੇ ਔਰਨਾਮੈਂਟ ਜਿਹੜੇ ਚੜਾਵੇ ਦੇ ਚੜੇ ਸੀ ਉਹ ਗਾਇਬ ਹੋ ਗਏ ਜਿਹੜੇ ਸਟੋਨ ਇਹਨੇ ਕੀਮਤੀ ਹੀਰੇ ਉਹ ਵਿੱਚੋਂ ਗਾਇਬ ਸੀ ਤੋਸ਼ਾਖਾਨਾ ਦੇ ਵਿੱਚ ਡਿਫੈਂਸ ਮਿਨਿਸਟਰ ਸੀ ਜਾਰਜ ਫਰਨਾਂਡ ਉਹਨੇ ਸਪਸ਼ਟ ਜਵਾਬ ਦਿੱਤਾ ਕਿ ਅਸੀਂ ਇਹ ਜਿੰਨੀਆਂ ਚੀਜ਼ਾਂ ਲੈ ਕੇ ਆਏ ਸੀ ਸਾਰੀਆਂ ਅਸੀਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਆਰਮੀ ਨੇ ਦੇ ਦਿੱਤੀਆਂ ਸੇਵਿੰਗ ਦੀਆਂ ਰਸੀਦਾਂ ਵਿਖਾ ਦਿੱਤੀਆਂ ਵੀ ਆਹ ਸਾਰਾ ਸਮਾਨ ਅਸੀਂ ਵਾਪਸ ਕਰਤਾ ਜੀ ਓਕੇ ਐਸਜੀਪੀਸੀ ਨੂੰ ਦਿੱਤਾ ਕੁਛ ਅਸੀਂ ਇਹਨਾਂ ਦੇ ਚੰਡੀਗੜ੍ਹ ਮਿਊਜ਼ੀਅਮ ਹੈ ਉਹਨੂੰ ਦੇ ਦਿੱਤਾ ਕੁਛ ਅਸੀਂ ਜਿਹੜੇ ਰਹੀ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸਾਰੀਆਂ ਲਿਸਟਾਂ ਦੇ ਅਗਲਾ ਸਵਾਲ ਫਿਰ ਉਹ ਗਿਆ ਕਿੱਥੇ ਫਿਰ ਉਹਨਾਂ ਨੇ ਪ੍ਰੈਕਟੀਕਲੀ ਚੈੱਕ ਕੀਤਾ ਅਲਮਾਰੀਆਂ ਦੇ ਉੱਤੇ ਚਿੱਟਾਂ ਲੱਗੀਆਂ ਸੀ ਕਿ ਇਹਦੇ ਵਿੱਚ ਉਹ ਮਟੀਰੀਅਲ ਆ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵਾਪਸ ਕੀਤਾ ਇਹ ਜਿਸ ਵੇਲੇ ਮਟੀਰੀਅਲ ਵਾਪਸ ਆਇਆ ਨਾ ਇਹਨਾਂ ਨੇ ਵੇਖਿਆ ਮੰਗਵਾ ਕੇ ਹਾਂ ਇਹਨੇ ਜਵਾਹਰਾਤ ਹੀਰੇ ਹੈਗੇ ਉਹ ਇੰਨੇ ਕੀਮਤੀ ਇਹਦਾ ਤਾਂ ਇਨਵੈਲਿਊਏਬਲ ਹੈ ਇਹਨੂੰ ਤਾਂ ਬਾਹਰ ਵਿੱਚੋਂ ਕਿੰਨਾ ਕੁ ਪੈਸਾ ਮਿਲੂ ਅਰਬਾਂ ਖਰਬਾਂ ਦਾ ਮਾਲ ਇਸ ਪਰ ਬਾਹਰ ਪਹਿਲਾਂ ਕਿਸੇ ਦਾ ਕਪੜਾ ਨਹੀਂ ਕਪੜਾ ਹੀ ਇਹ ਕਿੱਡਾ ਵੱਡਾ ਖਰਬਾਂ ਦਾ ਔਰ ਸਾਡੀ ਵਿਰਾਸਤ ਦਾ ਸਾਡੀ ਵਿਰਾਸਤ ਨੂੰ ਸਾਡੇ ਹੀ ਘਰ ਦੇ ਬੰਦਿਆਂ ਨੇ ਲੁੱਟਿਆ ਤੇ ਇਹ ਨੁਕਸਾਨ ਕਿ ਜੀ ਦਾ ਦੇ ਮੁਕਾਬਲੇ ਕੁਛ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬੇਅੰਤ ਸਿੰਘ ਅੱਜ ਗੱਲਬਾਤ ਕਰਾਂਗੇ ਜਿੱਥੇ ਪਿਛਲੇ ਦਿਨੀ ਇਸੀ ਚੈਨਲ ਦਾ ਮਸਲਾ ਉੱਠਿਆ ਕਿ ਕਿਵੇਂ ਇੱਕ ਨਿੱਜੀ ਪਰਿਵਾਰ ਵੱਲੋਂ ਜਿਹੜੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਬਣਾ ਕੇ ਚਲਾ ਕੇ ਕਰੋੜਾਂ ਰੁਪਈਆ ਆਪਣੇ ਘਰਾਂ ਵਿੱਚ ਲੈ ਗਏ ਇਸੇ ਤਰ੍ਹਾਂ ਜੂਨ 1984 ਦਾ ਜੋ ਸਮਾਂ ਹੁੰਦਾ ਹੈ ਅਤੇ ਉਹ ਸਾਰੇ ਜ਼ਖਮਲੇ ਹੁੰਦੇ ਨੇ ਨਾਲ ਨਾਲ ਸਾਡਾ ਜਿਹੜਾ ਤੋਸ਼ਾਖਾਨਾ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਬੜਾ ਰੌਲਾ ਪੈਂਦਾ ਰਿਹਾ ਪਿਛਲੇ ਦਿਨੀ ਵੀ ਕਿ ਉਹ ਕਿੱਥੇ ਗਈ ਅਤੇ ਫਿਰ ਉਹ ਜੇ ਵਾਪਸ ਆ ਗਈ ਉਹ ਸਾਰਾ ਖਜ਼ਾਨਾ ਸਾਡੇ ਕੀਮਤੀ ਹੀਰੇ ਜਵਾਹਰਾਤ ਕੀਮਤੀ ਗ੍ਰੰਥ ਕਿਤਾਬਾਂ ਜੋ ਸਾਡੀਆਂ ਪੰਜਾਬੀ ਮਾਤ ਭਾਸ਼ਾ ਅਤੇ ਹੋਰ ਭਾਸ਼ਾਵਾਂ ਵਿੱਚ ਸਨ ਜੇ ਵਾਪਸ ਆ ਗਈਆਂ ਫਿਰ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਕਿਉਂ ਨਹੀਂ ਰੱਖੀਆਂ ਗਈਆਂ ਗੱਲਬਾਤ ਕਰਾਂਗੇ ਡਾਕਟਰ ਸਵਰਨ ਸਿੰਘ ਜੀ ਦੇ ਨਾਲ ਕੁਝ ਜ਼ਰੂਰੀ ਜਿਹੜੇ ਨੁਕਤੇ ਨੇ ਔਰ ਬਹੁਤ ਵਿਚਾਰ ਮੰਗਦੇ ਨੇ ਇਹ ਗੱਲਾਂ ਜਿੱਥੇ ਅਸੀਂ ਕਿਸੇ ਦੇ ਮੁੱਦਿਆਂ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਇੱਕ ਪਰਿਵਾਰ ਵੱਲ ਲੁੱਟਿਆ ਗਿਆ ਇਹ ਵੀ ਇੱਕ ਪਰਿਵਾਰ ਦਾ ਇੱਕ ਹਿੱਸਾ ਹੈ ਕਿ ਇਹ ਵੀ ਜਿਹੜਾ ਤੋਸ਼ਾਖਾਨਾ ਸਾਡਾ ਕਿੱਥੇ ਗਿਆ ਅਤੇ ਕਿਵੇਂ ਸਰਕਾਰ ਨੇ ਲੁੱਟਿਆ ਉਸ ਤੋਂ ਬਾਅਦ ਹੋਰ ਕਿਹੜੇ ਪਰਿਵਾਰ ਨੇ ਲੁੱਟਿਆ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਤੋਸ਼ੇਖਾਨੇ ਦੀ ਗੱਲਬਾਤ ਕਰਦੇ ਹਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਉਹ ਕੀ ਹੈ ਸਾਰਾ ਮਸਲਾ ਜੇ ਵਾਪਸ ਆ ਗਿਆ ਫਿਰ ਗਿਆ ਕਿੱਥੇ ਇਹ ਜੀ ਬੜੇ ਦੁੱਖ ਵਾਲੀ ਗੱਲ ਹੈ ਜਿਹੜਾ ਅੱਜ ਅਸੀਂ ਫਿਰ ਚਰਚਾ ਕਰਨ ਲੱਗੇ ਹਾਂ ਜੀ ਅੱਜ 38 ਸਾਲ ਹੋ ਗਏ ਜੀ ਆਪਰੇਸ਼ਨ ਬਲੂ ਸਟਾਰ ਹੋਏ ਅਸੀਂ ਸਾਰਾ ਗੱਲ ਇਸ ਜ਼ੋਰ ਤੇ ਲਾਤਾ ਜੀ ਗਵਰਨਮੈਂਟ ਆਫ ਇੰਡੀਆ ਨੇ ਸਾਡੇ ਤੇ ਬੜਾ ਕੁਕਰਮ ਕੀਤਾ ਸਾਡੇ ਧਾਰਮਿਕ ਸਥਾਨ ਉਹਦੇ ਤੇ ਫੌਜ ਚੜਾ ਦਿੱਤੀ ਬੰਬਾਰੀ ਕੀਤੀ ਅਕਾਲ ਤਖ਼ਤ ਨੂੰ ਉਠਾ ਦਿੱਤਾ ਜੀ ਹੈ ਤੇ ਵਾਕਈ ਇਹ ਬਹੁਤ ਵੱਡੀ ਗੱਲ ਹੈ ਕਿਸੇ ਵੀ ਗਵਰਨਮੈਂਟ ਨੂੰ ਇਹ ਇਜਾਜ਼ਤ ਨਹੀਂ ਕਿਸੇ ਦੇ ਧਰਮ ਦੇ ਵਿੱਚ ਇੱਥੋਂ ਤੱਕ ਦਖਲ ਅੰਦਾਜ਼ੀ ਕਰੇ ਪਰ ਕੁਛ ਇਹਦੇ ਵਿੱਚ ਇਹ ਜਿਹੜਾ ਐਪੀਸੋਡ ਸਾਰਾ ਹੋਇਆ ਹੈ ਕੁਛ ਗਲਤੀਆਂ ਸਾਡੇ ਕੋਲੋਂ ਵੀ ਹੋਈਆਂ ਜੀ ਕੁਛ ਨੁਕਸਾਨ ਅਸੀਂ ਐਸਜੀਪੀਸੀ ਨੂੰ ਸਿੱਖ ਧਰਮ ਨੂੰ ਅਸੀਂ ਵੀ ਖੁਦ ਪਹੁੰਚਾਇਆ
ਉਹਦੇ ਵਿੱਚ ਜਿਹੜਾ ਤੁਸੀਂ ਅੱਜ ਗੱਲ ਕੀਤੀ ਹੈ ਮਸਲੇ ਦੀ ਉਹ ਇਹ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਇੰਨਾ ਅਣਮੁੱਲਾ ਸਮਾਨ ਪਿਆ ਸੀ ਜੀ ਮੈਨੂੰ ਸਕ੍ਰਿਪਟ ਕਈ ਹੱਥ ਲਿਖਤਾਂ ਬੀੜ ਹੁਕਮਨਾਮੇ ਡਿਟੇਲ ਹੈਗੀ ਡਿਟੇਲ ਮੈਂ ਤੁਹਾਨੂੰ ਜਿਹੜੀ ਆ ਦੇਖੋ ਮੈਂ ਤੇ ਉਸ ਵੇਲੇ ਸਭ ਕੁਝ ਵੇਖਿਆ ਨਹੀਂ ਲੇਕਿਨ ਜਿਹੜੇ ਇੰਪੋਰਟੈਂਟ ਪੇਪਰ ਹੈ ਅਖਬਾਰਾਂ ਜਿਹੜੀ ਉਸ ਵੇਲੇ ਉਹਨਾਂ ਦੇ ਵਿੱਚ ਰਿਪੋਰਟਿੰਗ ਹੋਈ ਆ ਜਾਂ RTI ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਈ ਉਸ ਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਦੱਸਾਂਗਾ ਵੀ ਕੀ ਇਨਫੋਰਮੇਸ਼ਨ ਉਸ ਵੇਲੇ ਮਿਲੀ ਹੈ ਕੀ ਕੁਛ ਹੋਇਆ ਇਹ ਜਿਸ ਵੇਲੇ ਹੋਇਆ ਤੇ ਸਿੱਖਾਂ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਵੀ ਸਾਡੇ ਕੋਲ ਤੇ ਇੰਨਾ ਅਨਮੋਲ ਖਜ਼ਾਨਾ ਸੀ ਸਾਡੀ ਵਿਰਾਸਤ ਸੀ ਸਿੱਖਾਂ ਦੀ ਇਹ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਇਹ ਸਾਰਾ ਸਾਰੀ ਦੁਨੀਆ ਦੇ ਵਿੱਚੋਂ ਸਿੱਖਾਂ ਦੇ ਜਿਹੜਾ ਵਡਮੁੱਲਾ ਖਜ਼ਾਨਾ ਤੇ ਪਿਆ ਹੁੰਦਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੋਸ਼ਾ ਖਾਨਾ ਇਹ ਇੱਕ ਬਹੁਤ ਵੱਡੇ ਖਜ਼ਾਨੇ ਸੀ ਸਾਡੇ ਕੋਲ ਸਿੱਖਾਂ ਨੇ ਇਸ ਗੱਲ ਦਾ ਬੜਾ ਇਤਰਾਜ਼ ਉਠਾਇਆ ਵੀ ਉਹ ਜਿਹੜਾ ਸਮਾਨ ਕਿੱਥੇ ਗਿਆ ਬਿਲਕੁਲ ਵਾਜਿਬ ਸੀ ਹਜ਼ਾਰਾਂ ਪੰਡਾਂ ਬੰਨ ਕੇ ਆਰਮੀ ਚੁੱਕ ਕੇ ਆਪਣੇ ਨਾਲ ਲੈ ਗਈ ਪਹਿਲਾਂ ਤੇ ਇਹ ਸ਼ੋਸ਼ਾ ਉਠਾਇਆ ਗਿਆ ਭਈ ਇਹ ਜੀ ਉਹਨੂੰ ਅੱਗ ਲਾ ਕੇ ਸੀ ਤੇ ਸਾਰਾ ਸੜ ਸੁੜ ਗਿਆ ਪਰ ਉਹ ਗੱਲ ਚੱਲੀ ਨਹੀਂ ਕਿਉਂਕਿ ਕੁਛ ਬੰਦੇ ਜਿਹੜੇ ਵਿਟਨੈਸ ਸਨ ਜਿਹਨਾਂ ਵਿੱਚ ਮੈਂ ਅੱਗੇ ਦੱਸਿਆ ਇੱਕ ਹਰਦੀਪ ਸਿੰਘ ਉਹਦੇ ਨੇਬਰ ਆ ਉੱਥੇ ਲੱਗ ਗਈ ਦਰਬਾਰ ਸਾਹਿਬ ਦੇ ਕੋਲ ਉਸਨੇ ਦੱਸਿਆ ਕਿ ਮੈਂ 6 ਜੂਨ ਨੂੰ ਵੇਖਿਆ ਇਹ ਸਾਰਾ ਕੁਛ ਸਮਾਨ ਵਿੱਚ ਪਿਆ ਸੀ ਲਾਇਬ੍ਰੇਰੀ ਦੇ ਜੀ ਉਹਦੇ ਇੱਕ ਹਿੱਸੇ ਨੂੰ ਥੋੜੀ ਜਿਹੀ ਅੱਗ ਲੱਗੀ ਸੀ ਲੇਕਿਨ ਉਹ ਤੋਂ ਪਹਿਲਾਂ ਆਰਮੀ ਨੇ ਸਾਰਾ ਸਮਾਨ ਚੱਕ ਲਿਆ ਸੀ ਉਹ ਖਾਵੇ ਲਈ ਲਾਈ ਗਈ ਹਾਂ ਖਾਲੀ ਜਿਹੜਾ ਕਰ ਦਿੱਤਾ ਸੀ ਚਲੋ ਉਹ ਲੈ ਗਏ ਉਹਦੇ ਤੋਂ ਬਾਅਦ ਫਿਰ ਰੌਲਾ ਪਿਆ ਵੀ ਇਨਕੁਆਇਰੀ ਕੀਤੀ ਜਾਵੇ ਵੀ ਕਿਹੜਾ ਕਿਹੜਾ ਸਮਾਨ ਗੁੰਮ ਹੋਇਆ ਕਿੱਥੇ ਗਿਆ ਇਹਨਾਂ ਨੇ ਨਾ ਜੀ ਫਿਰ ਇੱਕ ਵਿਖਾਵੇ ਵਾਸਤੇ ਮੈਂ ਵਿਖਾਵਾ ਹੀ ਕਹੂੰਗਾ ਕਿਉਂਕਿ ਇਹ ਸੀਰੀਅਸ ਹੀ ਨਹੀਂ ਹੈਗੇ ਸੀ ਭਈ ਇਹਦੀ ਕੋਈ ਇਨਕੁਆਇਰੀ ਕੀਤੀ ਜਾਵੇ ਕਿਉਂਕਿ ਜਿਹੜਾ ਪਿੱਛੇ ਡਾਇਰੈਕਟ ਕਰਨ ਵਾਲਾ ਬੰਦਾ ਸੀ ਨਾ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਕਰਾਇਆ ਸੀ ਤੇ ਉਹ ਪਿੱਛੇ ਸਾਰਾ ਮੋਨੀਟਰ ਕਰ ਰਹੇ ਸੀ ਉਹ ਨਹੀਂ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਉਹ ਬੇਈਮਾਨ ਸਨ ਉਹ ਇਸ ਕਰਕੇ ਬਹੁਤੀਆਂ ਇਨਕੁਆਇਰੀਆਂ ਜਿਹੜੀਆਂ ਇਸ ਮਸਲੇ ਦੇ ਵਿੱਚ ਨਹੀਂ ਕਰਾਉਣੀਆਂ ਚਾਹੁੰਦੇ ਤੇ ਨਾ ਹੀ ਕਰਾਈਆਂ ਪਰ ਫਿਰ ਰੌਲਾ ਪਿਆ ਜ਼ਿਆਦਾ 5 ਮੈਂਬਰ ਕਮੇਟੀ ਬਣਾਈ ਉਹਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਉਸ ਵੇਲੇ ਪ੍ਰਧਾਨ ਸੀ ਬੀਬੀ ਜਗੀਰ ਕੌਰ ਫਿਰ ਇੱਕ ਫਾਰਮਰ SGPC ਦਾ ਸੈਕਟਰੀ ਸੀ ਦਲਨੇਕ ਸਿੰਘ ਡਾਕਟਰ ਅਮਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤੇ SGPC ਦਾ ਚੀਫ ਸੈਕਟਰੀ ਸੀ ਰੂਪ ਸਿੰਘ ਜੀ ਇਹ 5 ਬੰਦਿਆਂ ਦੀ ਕਮੇਟੀ ਬਣਾਈ ਇਹਨਾਂ ਨੇ 13 ਤਰੀਕ ਨੂੰ ਉਹ ਰਿਪੋਰਟ ਦਿੱਤੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜੀਆਂ 11,107 ਰੇਅਰ ਬੁੱਕਸ ਗਾਇਬ ਹੋਈਆਂ ਤੇ 307 ਜਿਹੜੇ ਰੇਅਰ ਹੈਂਡ ਰਿਟਨ ਹੱਥ ਨਾਲ ਲਿਖੇ ਗ੍ਰੰਥ ਨੇ ਉਹ ਗਾਇਬ ਹੋਏ ਇੰਨਾ ਕੀ ਇਹਨਾਂ ਨੇ ਰਿਪੋਰਟ ਕੀਤਾ ਪਰ ਇਹਦੇ ਵਿੱਚ ਸੈਟਿਸਫੈਕਸ਼ਨ ਇਸ ਗੱਲ ਦੀ ਨਹੀਂ ਹੋਈ ਫਿਰ ਇੱਕ ਅਖਬਾਰ ਨੇ ਫਿਰ ਮਸਲਾ ਉਠਾਇਆ ਇੰਟਰਨੈਸ਼ਨਲ ਪੇਪਰ ਸੀ ਉਸਨੇ ਕਿਹਾ ਜੀ ਇਹ ਹੀ ਨਹੀਂ ਹੈ ਇਹਦੇ ਵਿੱਚ ਜਿਹੜਾ ਹੋਰ ਵੀ ਬਹੁਤ ਕੁਝ ਜਿਹੜਾ ਸਮਾਨ ਹੈ ਉਹ ਗਾਇਬ ਹੋਇਆ ਉਹਨਾਂ ਨੇ ਰਿਪੋਰਟ ਕੀਤੀ 12 ਜੂਨ 2019 ਨੂੰ IANS ਨੇ IANS ਉਹਨਾਂ ਕਿਹਾ ਜੀ ਨਹੀਂ 15,000 ਰੇਅਰ ਬੁੱਕਸ ਹੈ 16,000 ਆਰਟੀਫੈਕਟਸ ਹੈ ਬਹੁਤ ਇੰਪੋਰਟੈਂਟ ਜਿਹੜੇ ਸੀ 307 ਹੈਂਡ ਰਿਟਨ ਬੀਡਸ ਹੈ ਹੱਥ ਨਾਲ ਲਿਖੇ ਜਿਹੜੇ ਗੁਰਬਾਣੀ ਦਾ ਗ੍ਰੰਥ ਸਾਹਿਬ ਹੈ ਮੈਂ ਵੀ ਉਹਨਾਂ ਦੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਸਨ ਹਾਂ ਬਹੁਤ ਤੁਹਾਡੇ ਸਾਹਮਣੇ ਉਹਨਾਂ 307 ਤੇ ਕੋਈ 11,000 ਕਿਹਾ ਜਿਹੜੀ ਮਾੜੀਆਂ ਮੋਟੀਆਂ ਇਹਨਾਂ ਨੇ ਕੈਟੇਗਰੀ ਕਰ ਕਰਕੇ ਦੱਸਿਆ ਪਿਆ ਫਿਰ ਜਿਹੜੇ ਹੋਰ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਦੱਸੀਆਂ ਗਈਆਂ ਉਹਦੇ ਵਿੱਚ ਇੱਕ ਭਾਈ ਹਰਦਾਸ ਸਿੰਘ ਜੀ ਸੀ ਉਹਨਾਂ ਨੇ ਇੱਕ ਗੋਲਡਨ ਜਿਲਤ ਦੇ ਵਿੱਚ ਇਹ ਉਹ ਉੱਥੇ ਵਿੱਚ ਉਹਨਾਂ ਦੀ ਬੀੜ ਸੀ ਉਹ ਵੀ ਜਿਹੜੀ ਉੱਥੋਂ ਗਾਇਬ ਹੋ ਗਈ ਇਸ ਤੋਂ ਇਲਾਵਾ ਜਿਹੜੇ ਕੁਆਇਨਸ ਹੈ ਇੰਪੋਰਟੈਂਟ ਕੁਆਇਨਸ ਹੈ ਉਹ ਗਏ 28 ਹੁਕਮਨਾਮੇ ਗਏ ਹੁਣ ਹੁਕਮਨਾਮਿਆਂ ਦੀ ਕੀਮਤ ਬੜੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਜਿਹੜਾ ਲਿਖਿਆ ਹੋਵੇ ਜਿਹੜੀ ਅੱਗੇ ਹੋਰ ਸਾਡੇ ਗੁਰੂ ਹੈ ਉਹਨਾਂ ਦੇ ਹੁਕਮਨਾਮੇ ਲਿਖੇ ਇੰਪੋਰਟੈਂਟ ਜਿਹੜੇ ਸਾਡੇ ਸਿੱਖ ਹੋਏ ਆ ਵਾਰੀਅਰ ਹੋਏ ਆ ਉਹਨਾਂ ਦੇ ਹੁਕਮਨਾਮੇ ਲਿਖੇ ਉਹ ਸਾਰੇ ਗਾਇਬ ਹੋ ਗਏ ਗੋਲਡ ਐਂਡ ਸਿਲਵਰ ਦੇ ਔਰਨਾਮੈਂਟ ਜਿਹੜੇ ਚੜਾਵੇ ਤੇ ਚੜੇ ਸੀ ਉਹ ਗਾਇਬ ਹੋ ਗਏ ਜਿਹੜੇ ਸਟੋਨ ਇਹਨੇ ਕੀਮਤੀ ਹੀਰੇ ਉਹ ਵਿੱਚੋਂ ਗਾਇਬ ਸੀ ਤੋਸ਼ਾਖਾਨਾ ਦੇ ਵਿੱਚ ਕਰੰਸੀ ਜਿਹੜੀ ਸੀ ਫੋਰਨ ਕਰੰਸੀ
ਉਹ ਗਾਇਬ ਹੋ ਗਈ। 4000 ਪਲੱਸ ਡਾਕੂਮੈਂਟ ਜਿਹੜੇ ਗਾਇਬ ਹੋਏ, ਇਹ ਆਰਟੀਆਈ ਦੀ ਇਨਫੋਰਮੇਸ਼ਨ ਦੇ ਵਿੱਚ ਕਿਸੇ ਨੇ, ਆਰਟੀਆਈ ਸੀ ਸਰਦਾਰ ਗੁਰਿੰਦਰ ਸਿੰਘ ਚੱਡਾ, ਇਹਨਾਂ ਨੇ ਆਰਟੀਆਈ ਪਾਈ ਸੀ। ਇਸ ਆਰਟੀਆਈ ਦੀ ਇਨਫੋਰਮੇਸ਼ਨ ਚ ਇਹ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਇਹ ਤੋਸ਼ੇਖਾਨੇ ਚੋਂ ਗਾਇਬ ਹੋਏ। ਹਾਂ, ਤੇ ਆਰਟੀਆਈ ਗੁਰਿੰਦਰ ਚੱਡਾ ਨੇ ਇਹ ਗੱਲ ਸਪਸ਼ਟ ਕੀਤੀ, ਸਪਸ਼ਟ ਵਾਪਸ ਆਏ ਜਾਂ ਨਹੀਂ ਆਏ ਇਹ ਅੱਗੇ ਇਹਦੇ ਬਾਰੇ ਮੈਂ ਦੱਸਦਾ ਨਾ ਜੋ ਕੀ ਹੈ। ਫਿਰ ਧਰਮਵੀਰ ਜੀ ਹੈ, ਧਰਮਵੀਰ ਗਾਂਧੀ ਜੀ ਐਮਪੀ ਸੀ ਉਸ ਵੇਲੇ, ਇਹਨਾਂ ਨੇ ਆਰਟੀਆਈ ਪਾਈ। ਇਹਨਾਂ ਦੇ ਆਰਟੀਆਈ ਦੇ ਪਾਉਣ ਦੇ ਵਿੱਚ ਇਹ ਜਵਾਬ ਆਇਆ ਕਿ ਅਸੀਂ ਇਸ ਪਹਿਲਾਂ ਤੇ ਜਿਹੜੇ ਚਾਰ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੂੰ ਅਪਰੋਚ ਕਰਦੇ ਰਹੇ, ਉਹਨਾਂ ਨੇ ਕੁਛ ਪਤਾ ਜਵਾਬ ਨਹੀਂ ਦਿੱਤਾ। ਉਹ ਪ੍ਰਾਈਮ ਮਿਨਿਸਟਰ ਸਨ ਚੰਦਰ ਸ਼ੇਖਰ ਜੀ, ਬੀਪੀ ਸਿੰਘ ਜੀ, ਆਈ ਕੇ ਗੁਜਰਾਲ, ਅਟਲ ਬਿਹਾਰੀ ਵਾਜਪਾਈ। ਉਹਨਾਂ ਨੂੰ ਚਿੱਠੀਆਂ ਪਾਈਆਂ ਸਿੱਖਾਂ ਨੇ, ਪਰ ਉੱਥੋਂ ਕੋਈ ਸਪਸ਼ਟ ਜਵਾਬ ਨਹੀਂ ਆਇਆ। ਫਿਰ ਡਿਫੈਂਸ ਮਿਨਿਸਟਰ ਸੀ ਜਾਰਜ ਫਰਨਾਂਡਸ, ਉਹਨੇ ਸਪਸ਼ਟ ਜਵਾਬ ਦਿੱਤਾ ਕਿ ਅਸੀਂ ਇਹ ਜਿੰਨੀਆਂ ਚੀਜ਼ਾਂ ਲੈ ਕੇ ਆਏ ਸੀ ਸਾਰੀਆਂ ਅਸੀਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਆਰਮੀ ਨੇ ਦੇ ਦਿੱਤੀਆਂ। ਅੱਛਾ, ਹੁਣ ਇੰਟਰਸਟਿੰਗ ਇਹਦੀ ਰਿਵੀਲ ਕਿਸ ਤਰ੍ਹਾਂ ਹੋਇਆ ਫਿਰ ਇਹ ਸਾਰਾ, ਕਿ ਇੱਕ ਸਰਦਾਰ ਸਤਨਾਮ ਸਿੰਘ ਕੰਡਾ, ਇਹਨਾਂ ਨੇ 2003 ਦੇ ਵਿੱਚ ਜਿਹੜੀ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਕਿ ਸਾਡਾ ਇੰਨਾ ਪ੍ਰੀਸ਼ੀਅਸ ਸਮਾਨ ਸੀ ਜੀ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਗਿਆ, ਕਿੱਥੇ ਹੈ ਉਹ, ਸਾਨੂੰ ਵਾਪਸ ਦਵਾਇਆ ਹਾਈ ਕੋਰਟ ਦੇ ਵਿੱਚ। ਇਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਨੂੰ ਨੋਟਿਸ ਗਿਆ SGPC ਨੂੰ, SGPC ਨੇ ਕੋਈ ਜਵਾਬ ਨਹੀਂ ਇਹਦਾ। ਫਿਰ ਉਹ ਗਵਰਨਮੈਂਟ ਆਫ ਇੰਡੀਆ ਨੂੰ ਵੀ ਗਿਆ ਨੋਟਿਸ, ਆਰਮੀ ਨੂੰ ਵੀ ਗਿਆ, ਹੋਮ ਮਿਨਿਸਟਰੀ ਨੂੰ ਵੀ ਗਿਆ। ਉਹਨਾਂ ਨੇ ਰਸੀਦਾਂ ਵਿਖਾ ਦਿੱਤੀਆਂ ਜੀ, ਪਿਆ ਲਓ ਜੀ ਅਸੀਂ ਤਾਂ ਸਾਰਾ ਸਮਾਨ ਵਾਪਸ ਕਰਤਾ, ਰਿਸੀਵਿੰਗ ਦੀਆਂ ਰਸੀਦਾਂ ਵਿਖਾ ਦਿੱਤੀਆਂ ਵੀ ਆ ਸਾਰਾ ਸਮਾਨ ਅਸੀਂ ਵਾਪਸ ਕਰਤਾ ਜੀ। ਓਕੇ, SGPC ਨੂੰ ਦਿੱਤਾ ਕੁਛ, ਅਸੀਂ ਇਹਨਾਂ ਦੇ ਚੰਡੀਗੜ੍ਹ ਮਿਊਜ਼ੀਅਮ ਹੈ ਉਹਨੂੰ ਦੇ ਦਿੱਤਾ ਕੁਛ, ਅਸੀਂ ਜਿਹੜੇ ਟ੍ਰੇਜਰੀ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸਾਰੀਆਂ ਲਿਸਟਾਂ ਦੇ। ਅਗਲਾ ਸਵਾਲ ਫਿਰ ਉਹ ਗਿਆ ਕਿੱਥੇ? ਹੁਣ ਇਹ ਇੰਪੋਰਟੈਂਟ ਤੇ ਇਹੀ ਗੱਲ ਹੈ ਕਿ ਗਿਆ ਕਿੱਥੇ। ਹੁਣ ਇਸ ਗੱਲ ਨੂੰ ਜਿਹੜਾ ਡਿਸਕਲੋਜ਼ ਕੀਤਾ, ਜਿਹੜਾ ਸਾਹਮਣੇ ਲੈ ਕੇ ਆਂਦਾ, ਉਹ ਸੀ ਸਰਦਾਰ ਅਨੁਰਾਗ ਸਿੰਘ ਜੀ। ਸਰਦਾਰ ਅਨੁਰਾਗ ਸਿੰਘ ਨੂੰ 2008 ਦੇ ਵਿੱਚ ਉੱਥੇ ਡਾਇਰੈਕਟਰ ਲਾਇਆ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੀ। ਉਹ ਜਿਸ ਵੇਲੇ ਉੱਥੇ ਡਾਇਰੈਕਟਰ ਲਾਇਆ, ਉਹਨਾਂ ਨੇ ਚਾਰਜ ਲਿਆ, ਸਾਰਾ ਕੁਛ ਉੱਥੇ ਦੇਖਿਆ, ਉਹ ਪਹਿਲਾਂ ਰਜਿਸਟਰ ਵੇਖੇ ਇਨਵੈਂਟਰੀ ਕੀ ਹੈ, ਪਹਿਲਾਂ ਕੀ ਕੀ ਦਰਜ ਸੀ ਉੱਥੇ, ਫਿਰ ਉਹਨਾਂ ਨੇ ਪ੍ਰੈਕਟੀਕਲੀ ਚੈੱਕ ਕੀਤਾ। ਅਲਮਾਰੀਆਂ ਦੇ ਉੱਤੇ ਚਿੱਟਾਂ ਲੱਗੀਆਂ ਸੀ ਕਿ ਇਹਦੇ ਵਿੱਚ ਉਹ ਮਟੀਰੀਅਲ ਆ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵਾਪਸ ਕੀਤਾ, ਤੇ ਉੱਤੇ ਲਿਖਿਆ ਸੀ ਕਿ CBI ਨੇ ਵਾਪਸ ਕੀਤਾ ਅਲਮਾਰੀਆਂ ਦੇ ਉੱਪਰ। ਉਹ ਹੈਰਾਨ ਹੋ ਗਿਆ ਜਦੋਂ ਖੋਲ ਕੇ ਵੇਖਿਆ, ਉੱਥੇ ਤਾਂ ਕੱਖ ਵੀ ਨਹੀਂ, ਕੁਛ ਵੀ ਨਹੀਂ ਜੀ। ਉਹਨੇ ਲਿਸਟਾਂ ਵੇਖੀਆਂ, ਉਹਨੇ ਸਮਾਨ ਚੈੱਕ ਕੀਤਾ, ਉਹ ਕਹਿੰਦਾ ਵੀ ਇਹ ਤਾਂ ਬੜੀ ਗੜਬੜ ਹੈ। ਉਹਨੇ SGPC ਨੂੰ ਪੁੱਛਿਆ, SGPC ਦੇ ਮੁਲਾਜ਼ਮਾਂ ਨੂੰ ਪੁੱਛਿਆ, ਇਹ ਚੁੱਪ, ਇਹ ਜਵਾਬ ਨਹੀਂ ਦੇਣਾ ਵੀ ਕਿੱਥੇ ਆ ਜੀ, ਕਿੱਥੇ ਗਿਆ ਮਟੀਰੀਅਲ ਜੀ। ਉਹਨੇ ਫਿਰ ਹਾਰ ਕੇ ਨਾ ਥੋੜੇ ਮਹੀਨਿਆਂ ਬਾਅਦ ਹੀ January 2009 ਨੂੰ ਅਸਤੀਫਾ ਦੇ, ਉਹ ਕਹਿੰਦਾ ਜੀ ਮੈਂ ਨਹੀਂ ਇਹ ਨੌਕਰੀ ਕਰਨੀ, ਮੈਂ ਮਰਨਾ, ਮੈਂ ਫਸਣਾ, ਵੀ ਇਹੋ ਜਿਹਾ ਮੈਂ ਰੱਖ ਕੇ ਮੈਂ ਕੀ ਜਵਾਬ ਦਊਂਗਾ, ਵੀ ਤੂੰ ਮਟੀਰੀਅਲ ਕਿੱਥੇ ਹੈ ਜੀ ਜੀ। ਉਹਨੇ ਜਵਾਬ ਦੇ। ਹੁਣ ਦੇਖੋ ਜੀ, ਹੁਣ ਕੁਐਸਚਨ ਇਹ ਬਣਦਾ, ਜਿਹੜੀਆਂ ਰਿਪੋਰਟਾਂ ਨਾ ਇਨਫੋਰਮੇਸ਼ਨ ਮਿਲੀ ਹੈ ਜੀ, ਉਹ ਇਹ ਹੈ ਕਿ ਇਹਦਾ ਕਬਜ਼ਾ ਸੀ ਪੋਲੀਟੀਕਲ ਪਾਰਟੀ ਦਾ, ਬਾਦਲਾਂ ਦਾ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਇਹਨਾਂ ਦਾ ਜੀ। ਇਹ ਜਿਸ ਵੇਲੇ ਮਟੀਰੀਅਲ ਵਾਪਸ ਆਇਆ ਨਾ, ਇਹਨਾਂ ਨੇ ਵੇਖਿਆ ਮੰਗਵਾ ਕੇ, ਹਾਂ ਇਹਨੇ ਜਵਾਹਰਾਤ, ਹੀਰੇ ਹੈਗੇ, ਉਹ ਇੰਨੇ ਕੀਮਤੀ, ਇਹਦਾ ਤੇ ਇਨਵੈਲਿਊਏਬਲ ਹੈ, ਇਹਨੂੰ ਤਾਂ ਬਾਹਰ ਵਿੱਚੋਂ ਤਾਂ ਕਿੰਨਾ ਕੁ ਪੈਸਾ ਮਿਲੂ, ਅਰਬਾਂ ਖਰਬਾਂ ਦਾ ਮਾਲ ਇਸ ਤਰ੍ਹਾਂ ਹੀ ਬਾਹਰ ਕਰਤਾ, ਵੇਚਤਾ, ਰਿਕਾਰਡ ਦੇ ਵਿੱਚ ਗਾਇਬ ਕਰਤਾ। ਹੁਣ ਉਹਦਾ ਨਾ ਰਿਕਾਰਡ, ਨਾ ਕੋਈ ਇਨਕੁਆਇਰੀ, ਨਾ ਕਿਸੇ ਨੂੰ ਪਤਾ, ਨਾ ਕਿੱਥੇ ਗਿਆ। ਹੁਣ ਮੈਂ ਹੀ ਆ ਤੁਹਾਨੂੰ ਫੜਾ ਲਵਾਂ, ਜੇ ਤੁਸੀਂ ਗਾਂਹ ਵੇਚਦੇ ਹੋ ਤਾਂ ਕੀ ਪ੍ਰੂਫ ਰਹਿ ਗਿਆ। ਉਹ ਸਾਰਾ ਜੀ ਇਸ ਤਰ੍ਹਾਂ ਖੁਰਦ ਬੁਰਦ ਹੋਇਆ, ਇਸੇ ਕਰਕੇ ਹੁਣ ਤੱਕ ਇਨਕੁਆਇਰੀ ਦਾ ਕਪੜਾ ਨੀ ਕਪੜਾ ਹੀ ਏਡਾ ਵੱਡਾ ਖਰਬਾਂ ਦਾ, ਔਰ ਸਾਡੀ ਵਿਰਾਸਤ ਦਾ, ਸਿੱਖ ਧਰਮ ਨੂੰ ਲੁੱਟਿਆ, ਸਾਡੀਆਂ ਜੜ੍ਹਾਂ ਤੇ ਦਾਤਰੀ ਫੇਰ ਦਿੱਤੀ ਹੈ, ਫਿਰ ਮੂਲ ਹੀ ਸਾਡਾ ਵੱਢ ਕੇ ਰੱਖ ਦਿੱਤਾ।
ਇਹ ਮੈਂ ਕਹਿੰਦਾ ਜੀ ਇਹ ਤੇ ਜਿਹੜਾ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਨਾ ਇਹ ਨੁਕਸਾਨ ਜਿਹੜਾ ਉਹਦੇ ਤੋਂ ਵੀ ਜ਼ਿਆਦਾ ਨੁਕਸਾਨ ਹੈ ਕਿਉਂਕਿ ਸਾਡੇ ਜਿਹੜੇ ਸਭ ਤੋਂ ਵੱਡੇ ਕੀਮਤੀ ਗ੍ਰੰਥ ਸਾਡਾ ਹੈ ਹਿਸਟੋਰੀਕਲ ਬੁੱਕਸ ਤੇ ਜਿਹੜੇ ਹੋਰ ਸਾਡੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਉਹ ਸਾਰੀਆਂ ਗਾਇਬ ਹੋ ਗਈਆਂ ਜੀ ਤੇ ਅਸੀਂ ਦੋਸ਼ ਦੇਣੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਵਾਪਸ ਦੇ ਦਿੱਤੇ ਉਹਨਾਂ ਨੇ ਕੋਰਟ 'ਚ ਦਿੱਤੀਆਂ ਰਸੀਦਾਂ ਪਿਆ ਲਓ ਜੀ ਇਹਨਾਂ ਕੋਲ ਰਸੀਦਾਂ ਇਹਨਾਂ ਦੇ ਦਸਖਤ ਇਹਨਾਂ ਨੂੰ ਵਾਪਸ ਕਰ ਜੀ ਜੀ ਹੁਣ ਉਹੀ ਜਿਹੜੀ ਤੁਹਾਡਾ ਗੱਲ ਹੈ ਤੇ ਗਈਆਂ ਕਿੱਥੇ ਗਈਆਂ ਉਹ ਗਈਆਂ ਇਹਨਾਂ ਦੇ ਢਿੱਡ 'ਚ ਇਹਨਾਂ ਨੇ ਖਾ ਪੀ ਲਈਆਂ ਕੀਮਤੀ ਚੀਜ਼ਾਂ ਬਾਹਰ ਬਾਹਰ ਤੇ ਨਿਲਾਮੀ 'ਚ ਵਿਕਦੀਆਂ ਹੀ ਆ ਬਹੁਤ ਹੈ ਨਾ ਜੀ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਚੀਜ਼ਾਂ ਵਿੱਚ ਹੋ ਕੀ ਸਕਦਾ ਜਿਹੜੀ ਨਿਲਾਮੀ ਕੀਤੀ ਇਹਨਾਂ ਨੇ ਨਿਲਾਮ ਇੱਕ ਹੀਰੇ ਇੱਕ ਗਿਫਟ ਇੱਕ ਤਿੱਬਤ ਦੇ ਤੇ ਇੱਕ ਹੋਰ ਦੋ ਤਿੰਨ ਅਰੇ ਅਰਬ ਦੇ ਪਰਸ਼ੀਅਨ ਇਹਨਾਂ ਦੇ ਉਲਟ ਮੁੱਲੇ ਦਾਨ ਕੀਤੇ ਦਿਲ ਦੇ ਗਿਫਟ ਦਿੱਤੇ ਸੀ ਜੀ ਜੀ ਗੁਰੂ ਸਾਹਿਬ ਨੂੰ ਫਿਰ ਆ ਇਹਨਾਂ ਦੀ ਚੀਜ਼ਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਲਿਖੇ ਆ ਹੱਥ ਲਿਖ ਦਿੱਤੇ ਆਹੋ ਤੋ ਜੇ ਨਿਲਾਮੀ ਕਰਕੇ ਵੇਖੋ ਕਿੰਨੀ ਚੜਦੀ ਹੈ ਇਹਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਜੀ 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 ਇਹ ਤੇ ਵੈਲ ਇਨਵੈਲਿਊਏਬਲ ਹੈ ਜੀ ਜੀ ਇਹਨਾਂ ਨੂੰ ਵੇਚਿਆ ਇਹਨਾਂ ਨੇ ਹੁਣ ਪਤਾ ਨਹੀਂ ਕਿਸ ਭਾਅ ਦੇ ਵੇਚਿਆ ਜੀ ਜੀ ਪਰ ਦਾਜੇ ਦੇ ਮੁਤਾਬਕ ਇਹ ਚੀਜ਼ਾਂ ਸਾਰੀਆਂ ਅਰਬਾਂ ਖਰਬਾਂ 'ਚ ਜਾਂਦੀਆਂ ਸਾਡੀ ਵਿਰਾਸਤ ਨੂੰ ਸਾਡੇ ਹੀ ਘਰ ਦੇ ਬੰਦਿਆਂ ਨੇ ਲੁੱਟਿਆ ਤੇ ਇਹ ਨੁਕਸਾਨ ਕਿ ਕਿਸੇ ਦਾ ਦੇ ਮੁਕਾਬਲੇ ਕੁਛ ਹੈ ਹੀ ਨਹੀਂ ਜੀ ਜੀ ਬਿਲਕੁਲ ਜੀ ਦਰਸ਼ਕੋ ਤੁਸੀਂ ਡਾਕਟਰ ਸਾਹਿਬ ਦੇ ਜਵਾਨੀ ਸਾਹਿਬ ਕੋ ਸੁਣਿਆ ਕਿ ਜਿੱਥੇ ਪੀਟੀਸੀ ਦਾ ਕਪਲਾ ਸਾਹਮਣੇ ਆਇਆ ਅੱਜ ਉੱਥੇ ਨਾਲ ਨਾਲ ਤੋਸ਼ਾਖਾਨਾ ਸਿੱਖ ਰਾਇਬਰੈਂਸ ਦੇ ਲਾਇਬ੍ਰੇਰੀ ਦੇ ਜਿਹੜੇ ਅਨਮੁੱਲੀਆਂ ਜਿਹੜੀਆਂ ਸਾਡੀਆਂ ਕੀਮਤੀ ਚੀਜ਼ਾਂ ਸਨ ਉਹ ਵੀ ਜੇ ਭਾਰਤ ਸਰਕਾਰ ਨੇ ਵਾਪਸ ਦੇ ਦਿੱਤੀਆਂ ਤਾਂ ਗਈਆਂ ਕਿੱਥੇ ਸਵਾਲ ਬੜਾ ਵੱਡਾ ਔਰ ਜਿਨ੍ਹਾਂ ਦੀ ਸਰਕਾਰ ਸੀ ਉਹਨਾਂ ਵੇਲੇ ਰਸੀਦ ਹੋਈਆਂ ਕੋਰਟ ਵਿੱਚ ਉਹਨਾਂ ਨੇ ਰਸੀਦਾਂ ਦੇ ਦਿੱਤੀਆਂ ਫਿਰ ਗਈਆਂ ਕਿੱਥੇ ਬਹੁਤ ਵੱਡੇ ਸਵਾਲ ਨੇ ਅਸੀਂ ਚਾਹਾਂਗੇ ਕਿ ਸੰਗਤ ਵੀ ਇਹਨਾਂ ਨੂੰ ਸਵਾਲ ਕਰੇ ਚਾਹੇ ਹੁਣ ਦੇ ਮੌਜੂਦਾ SGPC ਮੈਂਬਰਾਂ ਨੂੰ ਸਵਾਲ ਕਰੇ ਚਾਹੇ ਇਹਨਾਂ ਲੋਕਾਂ ਨੂੰ ਜਿਹੜੇ ਹੁਣ ਜਿਉਂਦੇ ਨੇ ਆਪਣੇ ਆਪ ਨੂੰ ਅਕਾਲੀ ਖਵਾਉਂਦੇ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛਿਆ ਜਾ ਸਕਦਾ ਹੈ ਕਿ ਜੇ ਆ ਗਈਆਂ ਵਾਪਸ ਤੇ ਜਾ ਕਿੱਥੇ ਜੇ ਗਈਆਂ ਕਿੱਥੇ ਸੋ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਨਿੱਜੀ ਟਰੱਸਟ ਬਣਾ ਬਣਾ ਕੇ ਆਪਣੇ ਲੋਕਾਂ ਨੂੰ ਦਿੱਤੇ ਹੋਏ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ ਜੇ ਕੱਲਾ PTC ਦਾ ਮਸਲਾ ਉੱਠਿਆ ਤੇ ਇਹ ਮਸਲੇ ਵੀ ਬੜੇ ਵੱਡੇ ਨੇ ਇਹਨਾਂ ਵੱਲ ਵੀ ਧਿਆਨ ਦੇਣਾ ਬਣਦਾ ਕਿ ਕਿਵੇਂ ਇੱਕ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰਾਪਰਟੀ ਬਣਾ ਕੇ ਲੁੱਟਣ ਦਾ ਯਤਨ ਕੀਤਾ ਔਰ ਅੱਜ ਤੱਕ ਲੁੱਟਣ ਦਾ ਯਤਨ ਕਰ ਰਹੇ ਨੇ ਧੰਨਵਾਦ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ